ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਰਾਜਪੁਰਾ ਦੇ ਟਾਲੀਵਾਲਾ ਚੌਂਕ ਤੋਂ ਲੈ ਕੇ ਨਗਰ ਕੌਂਸਲ ਦਫ਼ਤਰ ਤੱਕ ਭਾਜਪਾ ਆਗੂਆਂ ਵੱਲੋਂ ਇੱਕ ਪੈਦਲ ਰੋਸ ਮਾਰਚ ਕੱਢਿਆ ਗਿਆ। ਆਖਿਰ ਕਿਉਂ ਕੱਢਿਆ ਗਿਆ ਇਹ ਰੋਸ ਮਾਰਚ? ਜਾਣਕਾਰੀ ਮੁਤਾਬਕ ਰਾਜਪੁਰਾ ਪਟਿਆਲਾ ਰੋਡ 'ਤੇ ਚੰਡੀਗੜ੍ਹ ਬੱਸ ਸਟੈਂਡ ਦੇ ਸਾਹਮਣੇ ਖਾਲੀ ਪਈ ਜਗ੍ਹਾ 'ਤੇ ਰਾਤੋ ਰਾਤ ਕਬਜ਼ਾ ਕਰਕੇ ਕਿਸੇ ਵਿਅਕਤੀ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਦੀਵਾਰ ਕਰਕੇ 3 ਲੋਹੇ ਦੇ ਖੋਖੇ ਰੱਖ ਦਿੱਤੇ ਗਏ, ਜਿਸ ਕਾਰਨ ਉਸ ਜਗ੍ਹਾ 'ਤੇ ਕਈ ਸਾਲਾਂ ਤੋਂ ਬੈਠਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਨੂੰ ਉਸ ਜਗ੍ਹਾ 'ਤੇ ਬੈਠਣ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ, ਜਿਸ ਕਾਰਨ ਮਜ਼ਦੂਰਾਂ 'ਚ ਕਾਫ਼ੀ ਰੋਸ ਵਿਖਾਈ ਦਿੱਤਾ। ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਰੋਕਣ ਦੇ ਲਈ ਅੱਜ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ ਅਤੇ ਆਜ਼ਾਦ ਕੌਂਸਲਰ ਪਵਨ ਮੁਖੀਜਾ ਦੀ ਅਗਵਾਈ ਵਿੱਚ ਸੈਂਕੜਿਆਂ ਮਜ਼ਦੂਰਾਂ ਵੱਲੋਂ ਰਾਜਪੁਰਾ ਦੇ ਸ਼ਹੀਦ ਪ੍ਰਭਾਕਰ ਚੌਂਕ ਤੋਂ ਲੈ ਕੇ ਨਗਰ ਕੌਂਸਲ ਦਫ਼ਤਰ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ, ਜਿਸ ਉਪਰੰਤ ਸ਼ਹਿਰ ਵਿੱਚ ਰੋਜ਼ਾਨਾ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਇੱਕ ਮੰਗ ਪੱਤਰ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਕਾਰਜਕਾਰੀ ਅਧਿਕਾਰੀ ਚੇਤਨ ਸ਼ਰਮਾ ਦੀ ਗੈਰ ਹਾਜ਼ਰੀ ਵਿੱਚ ਨਗਰ ਕੌਂਸਲ ਅਧਿਕਾਰੀ ਬੂਟਾ ਸਿੰਘ ਨੂੰ ਸੌਂਪਿਆ ਗਿਆ। ਆਓ ਜਾਣਦੇ ਹਾਂ ਭਾਜਪਾ ਪ੍ਰਧਾਨ ਨਰਿੰਦਰ ਨਾਗਪਾਲ ਅਤੇ ਆਜ਼ਾਦ ਕੌਂਸਲਰ ਪਵਨ ਮੁਖੀਜਾ ਦਾ ਕੀ ਕਹਿਣਾ ਇਸ ਰੋਸ ਮਾਰਚ ਬਾਰੇ। ਭਾਜੀ, ਅੱਜ ਇੱਥੇ ਜਿਹੜੇ ਅਸੀਂ BJP ਵੱਲੋਂ ਇੱਥੇ ਨਗਰ ਕੌਂਸਲ ਇਕੱਠ ਕਰਕੇ ਆਏ ਹਾਂ, ਸਾਰਿਆਂ ਨੂੰ ਪਤਾ, ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਤਹਿ ਦਿਲੋਂ ਤੋਂ ਕਿ ਅੱਜ ਫੋਰੈਸਟ ਡਿਪਾਰਟਮੈਂਟ ਜੇ ਕਾਰਵਾਈ ਕੀਤੀ ਹੈ ਉਹਦਾ ਸਭ ਤੋਂ ਜ਼ਿਆਦਾ ਸਿਰੇ ਮੀਡੀਆ ਨੂੰ ਜਾਂਦਾ। ਜੇ ਮੀਡੀਆ ਟਾਈਮ 'ਤੇ ਇਹਨੂੰ ਕਵਰੇਜ ਨਾ ਦਿੰਦਾ, ਹੋ ਸਕਦਾ ਫੋਰੈਸਟ ਡਿਪਾਰਟਮੈਂਟ ਐਕਟਿਵ ਨਾ ਹੁੰਦਾ, ਐਕਸ਼ਨ ਨਾ ਲੈਂਦਾ। ਜਿਹੜੀ ਹੁਣ ਤੁਹਾਨੂੰ ਯਾਦ ਆਉਣਾ ਪ੍ਰਵੀਨ ਛਾਬੜਾ ਦੇ ਖਿਲਾਫ਼ FIR ਹੋਈ ਸੀਗੀ, FIR 'ਤੇ ਕਲੀਅਰ ਲਿਖਿਆ, ਤੁਸੀਂ ਪੜ੍ਹ ਸਕਦੇ ਹੋ, ਮੇਰੇ ਕੋਲ ਫੋਟੋ ਕਾਪੀ ਵੀ ਲੈ ਸਕਦੇ ਹੋ, ਵੀ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਹੁੰਦਾ ਕਸਟੋਡੀਅਨ ਹੁੰਦਾ, ਕਸਟੋਡੀਅਨ ਹੈ, 1 ਰੁਪਈਆ ਜੇ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਨਗਰ ਕੌਂਸਲ ਪ੍ਰਧਾਨ ਦੀ ਹੁੰਦੀ ਆ। ਇਸ ਲਈ ਮੈਨੂੰ ਤਾਂ ਗੱਲ ਸਮਝ ਨਹੀਂ ਆਉਂਦੀ ਪ੍ਰਧਾਨ ਜੀ ਦੀ IOJ ਦੀ, ਵੀ ਸ਼ਸ਼ੀ ਭੂਸ਼ਣ ਦਾ ਖੋਖਾ ਫੋਰੈਸਟ ਡਿਪਾਰਟਮੈਂਟ 'ਚ ਪਿਆ, ਉਹਦਾ ਮੈਟਰ ਲੈ ਕੇ ਆਉਂਦੇ ਨਗਰ ਕੌਂਸਲ ਦੇ ਵਿੱਚ, ਅਤੇ ਜਦੋਂ ਉੱਥੇ ਕਬਜ਼ੇ ਹੁੰਦੇ ਨੇ ਤਾਂ ਉਹ ਕਹਿੰਦੇ ਸਾਡੀ ਥਾਂ ਨਹੀਂ ਆ ਫੋਰੈਸਟ ਡਿਪਾਰਟਮੈਂਟ ਦੀ ਹੈ। ਇੱਕ ਨਗਰ ਕੌਂਸਲ ਦੇ ਇੱਕ ਸ਼ਹਿਰ ਦੇ ਵਿੱਚ ਡੂਲੈਸ ਪੋਲਿਸੀ ਕਿਉਂ, ਦੋਗਲੀ ਨੀਤੀ ਕਿਉਂ ਹੈ? ਜਦੋਂ ਤੁਹਾਡਾ ਫਾਇਦਾ ਹੋਵੇ ਤਾਂ ਸਾਡੇ ਅੰਡਰ ਹੈ, ਜਦੋਂ ਤੁਸੀਂ ਬਚਣਾ ਹੋਵੇ ਤਾਂ ਫੋਰੈਸਟ ਡਿਪਾਰਟਮੈਂਟ ਦੀ ਹੈ। ਇਹ ਮੈਂ ਸਪਸ਼ਟ ਕਹਿ ਦੇਣਾ ਚਾਹੁੰਦਾ, ਇਹ ਕਬਜ਼ੇ ਹਰ ਹਾਲ ਹਟਾਵਾਂਗੇ। ਪੰਜਾਬ ਹਰਿਆਣਾ ਹਾਈਕੋਰਟ 'ਚ ਜਾਣਾ ਪਿਆ, ਮੈਂ ਜ਼ਰੂਰ ਜਾਵਾਂਗਾ, ਕਿਉਂਕਿ ਜੇ ਅਸੀਂ ਇਹ ਕਬਜ਼ੇ ਨਾ ਹਟਵਾਏ ਤਾਂ ਇੱਕ ਸ਼ੁਰੂਆਤ ਹੋ ਜਾਏਗੀ ਸ਼ਹਿਰ ਦੇ ਵਿੱਚ, ਇਹਨੂੰ ਲੱਗੇਗਾ ਜਿਹੜੀ ਫੋਰੈਸਟ ਡਿਪਾਰਟਮੈਂਟ ਥਾਂ ਪਈ ਹੈ ਉੱਥੇ ਕਬਜ਼ੇ ਕਰਾ ਲਓ ਅਤੇ ਆਪਣਾ ਨੂੰ ਬਚਾ ਲਓ। ਇਸ ਲਈ ਮੈਂ ਜੈਂਟਲਮੈਨ ਪ੍ਰੋਮਿਸ ਕਰਦਾ ਮੀਡੀਆ ਭਰਾਵਾਂ ਅੱਗੇ, ਉਹ ਸ਼ਹਿਰ ਅੱਗੇ, ਇਸ ਖੋਖੇ ਨੂੰ ਜਿੰਨਾ ਵੀ ਹਟਾਉਣ ਵਿੱਚ ਹਟਾਉਣ ਜਿੰਨਾ ਵੀ ਜ਼ੋਰ ਲੱਗਦਾ ਹੋਵੇਗਾ, ਐਜ਼ ਪਰ ਲਾ, ਐਜ਼ ਪਰ ਡੈਮੋਕ੍ਰੇਸੀ ਦੇ ਅੰਡਰ, ਉਹ ਸੰਵਿਧਾਨ ਦੇ ਤਹਿਤ ਜੋ ਵੀ ਹੋ ਸਕਦਾ ਹੈਗਾ ਪਵਨ ਮੁਖੀ ਦਾ ਕਰੇਗਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਜਪੁਰੇ ਮਿਊਂਸੀਪਲ ਕਮੇਟੀ ਨੇ 3 ਖੋਖਿਆਂ 'ਤੇ ਨਜਾਇਜ਼ ਕਬਜ਼ਾ ਕਰਾ ਕੇ, ਉਹ ਵੀ ਰਾਤ ਨੂੰ 1 ਔਰ 2 ਵਜੇ ਦੀ ਦਰਮਿਆਨੀ ਰਾਤ ਨੂੰ ਕਬਜ਼ਾ ਕਰਾਇਆ ਹੈਗਾ। ਭਾਰਤੀ ਜਨਤਾ ਪਾਰਟੀ ਔਰ ਸਾਰੀਆਂ ਜਿਹੜੀਆਂ ਯੂਨੀਅਨ, ਅਸੀਂ ਰਲ ਕੇ ਇਹਦਾ ਡਟ ਕੇ ਵਿਰੋਧ ਕਰਾਂਗੇ ਕਿ ਜਿਹੜਾ ਨਜਾਇਜ਼ ਕਬਜ਼ਾ ਹੋਇਆ ਇਹ ਇੱਕ ਸਾਜ਼ਿਸ਼ ਦੇ ਤਹਿਤ ਹੋਇਆ। ਇਹਦਾ ਜਿਹੜਾ ਮਾਸਟਰ ਮਾਇੰਡ ਹੈ ਨਰਿੰਦਰ ਸ਼ਾਸਤਰੀ ਹੈ। ਪਹਿਲਾਂ ਸਾਜ਼ਿਸ਼ ਦੇ ਤਹਿਤ 3 ਖੋਖਿਆਂ ਨੂੰ ਅੱਗ ਲਵਾਈ, ਅੱਗ ਲਵਾ ਕੇ ਪਿਛਲੇ ਮਾਲਕਾਂ ਨੂੰ, ਸ਼ੋਰੂਮ ਦੇ ਮਾਲਕਾਂ ਨੂੰ ਬੈਨੀਫਿਟ ਦੇਣ ਵਾਸਤੇ, ਫਿਰ ਦੁਬਾਰਾ ਉੱਥੋਂ ਸ਼ਿਫਟ ਕਰਾਉਣ ਵਾਸਤੇ ਰਾਤੋ ਰਾਤ ਇਹਨਾਂ ਨੇ ਸ਼ਿਫਟ ਕਰਾਏ। ਅਗਰ ਕੋਈ ਲੀਗਲੀ ਕੰਮ ਹੈਗਾ ਤਾਂ ਦਿਨ ਦੇ ਵਿੱਚ ਉਹ ਆਪਣਾ ਉੱਥੇ ਬਣਾਉਣ, ਜੇ ਕਮੇਟੀ ਨੇ ਅਲਾਟਮੈਂਟ ਕਰੀ ਹੈ ਤਾਂ ਕਮੇਟੀ ਦਾ ਕੋਈ ਲੈਟਰ ਦੇਣ, ਅਲਾਟਮੈਂਟ ਲੈਟਰ ਦੇਣ,
ਅਸੀਂ ਮਾਨਯੋਗ ਐਸਐਮ ਸਾਹਿਬ ਨੂੰ ਮਿਲੇ ਸੀਗੇ। ਸਾਡਾ ਇੱਕ ਭਾਰਤੀ ਜਨਤਾ ਪਾਰਟੀ ਦੀ ਟੀਮ ਵੱਲੋਂ ਇੱਕ ਕਮੇਟੀ ਗਠਿਤ ਕਰੀ ਗਈ ਸੀਗੀ ਕਿ ਅਸੀਂ ਇਹਦਾ ਡਟ ਕੇ ਪੁਰਜ਼ੋਰ ਵਿਰੋਧ ਕਰਾਂਗੇ। ਉਹ ਸਾਡੀ ਕਮੇਟੀ ਮਾਨਯੋਗ ਐਸਡੀਐਮ ਸਾਹਿਬ ਨੂੰ ਮਿਲੀ ਸੀਗੀ। ਐਸਡੀਐਮ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਸੀਗਾ ਕਿ ਜਿਹੜੇ ਖੋਖਿਆਂ ਦੀ ਤੁਸੀਂ ਸਾਨੂੰ ਲਿਖ ਕੇ ਦਿਓ, ਅਸੀਂ ਜਿਹੜੀ ਬਣਦੀ ਕਾਰਵਾਈ ਕਰਾਂਗੇ। ਅਸੀਂ ਮਾਨਯੋਗ ਐਸਡੀਐਮ ਸਾਹਿਬ ਨੂੰ ਰਿਟਨ ਦੇ ਵਿੱਚ ਦਿੱਤਾ ਹੈਗਾ। ਐਸਡੀਐਮ ਸਾਹਿਬ ਨੇ ਕਿਹਾ ਸੀਗਾ ਵੀ 2 ਦਿਨ ਦੇ ਅੰਦਰ ਅੰਦਰ ਕਾਰਵਾਈ ਕਰ ਦਿਆਂਗੇ। ਕਾਰਵਾਈ ਹੋਈ ਪਰ ਸੰਤੋਸ਼ਜਨਕ ਕਾਰਵਾਈ ਨਹੀਂ ਹੋਈ ਹੈ। ਕਾਰਵਾਈ ਜੰਗਲਾਤ ਮਹਿਕਮੇ ਨੇ ਆਲੇ ਦੁਆਲੇ ਖੋਖਿਆਂ ਦੇ ਤਾਰ ਲਵਾ ਕੇ ਕਵਰ ਤਾਂ ਕੀਤੇ ਹੈ, ਪਰ ਉਹਨਾਂ ਨੂੰ ਚੱਕਣਾ ਬਹੁਤ ਜ਼ਰੂਰੀ ਹੈ, ਨਜਾਇਜ਼ ਕਬਜ਼ੇ ਹਟਾਉਣਾ ਬਹੁਤ ਜ਼ਰੂਰੀ ਹੈ। ਮਿਊਂਸਪਲ ਕਮੇਟੀ ਨਾਲ ਦੇ ਖੋਖਿਆਂ ਦਾ ਉੱਥੇ ਕਿਰਾਇਆ ਵਸੂਲ ਕਰ ਰਹੀ ਹੈ ਔਰ ਅਲਾਟਮੈਂਟ ਲੈਟਰ ਦਿੱਤੇ ਹੋਏ ਨੇ ਨਾਲ ਦੇ ਖੋਖਿਆਂ ਨੂੰ। ਅਗਰ ਜੇ ਉੱਥੇ ਮਿਊਂਸਪਲ ਕਮੇਟੀ ਆਪਣਾ ਕਿਰਾਇਆ ਵਸੂਲ ਕਰ ਰਹੀ ਹੈ ਤਾਂ ਅੱਜ ਮਿਊਂਸਪਲ ਕਮੇਟੀ ਦੇ ਅਧਿਕਾਰੀ ਕਹਿ ਰਹੇ ਨੇ, ਮਿਊਂਸਪਲ ਕਮੇਟੀ ਦਾ ਪ੍ਰਧਾਨ ਕਹਿ ਰਿਹਾ, ਉਹ ਜਗ੍ਹਾ ਸਾਡੀ ਮਿਊਂਸਪਲ ਕਮੇਟੀ ਦੀ ਨਹੀਂ ਹੈ। ਇਸ ਕਰਕੇ ਸਰਾਸਰ ਇਹ ਗਲਤ ਹੈ, ਇਹ ਸਾਰੀ ਸੋਚੀ ਸਮਝੀ ਸਾਜਿਸ਼ ਹੈ। ਅਸੀਂ ਇਹੋ ਜਿਹੀਆਂ ਸਾਜਿਸ਼ਾਂ ਬਿਲਕੁਲ ਨਹੀਂ ਹੋਣ ਦੇਵਾਂਗੇ। ਭਾਰਤੀ ਜਨਤਾ ਪਾਰਟੀ ਇਹੋ ਜਿਹੀਆਂ ਸਾਜਿਸ਼ਾਂ ਦਾ ਡਟ ਕੇ ਵਿਰੋਧ ਕਰੇਗੀ ਔਰ ਇਵੇਂ ਸੜਕਾਂ ਤਾਂ ਜਿਵੇਂ ਅੱਜ ਉਤਰੀ ਹੈ ਇਵੇਂ ਉਤਰਾਂਗੇ। ਹੁਣ ਮਾਨਯੋਗ ਈਓ ਸਾਹਿਬ ਨੂੰ ਅਸੀਂ ਇਹ ਮੰਗ ਪੱਤਰ ਦੇਣ ਆਏ ਹਾਂ ਕਿ ਉਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਉੱਥੋਂ ਖਾਲੀ ਕਰਾਉਣ। ਅਗਰ ਖਾਲੀ ਨਹੀਂ ਕਰਾਉਂਦੇ ਤਾਂ ਮਾਨਯੋਗ ਦੋ ਦਿਨਾਂ ਦੇ ਅੰਦਰ ਅੰਦਰ ਮਾਨਯੋਗ DC ਪਟਿਆਲਾ ਨੂੰ ਅਸੀਂ ਇੱਦਾਂ ਹੀ ਜਾ ਕੇ ਆਪਣਾ ਜੱਥਾ ਲੈ ਕੇ ਆਪਣਾ ਮਿਲਾਂਗੇ ਔਰ ਕਾਰਵਾਈ ਕਰਨ ਵਾਸਤੇ ਕਹਾਂਗੇ। ਔਰ ਇਹ ਨਹੀਂ ਵੀ ਇਕੱਲਾ ਕਬਜ਼ਾ ਧਾਰਕਾਂ ਦੇ ਉੱਤੇ ਕਾਰਵਾਈ ਹੋਵੇ, ਜਿਹੜਾ ਇਹਦਾ ਮਾਸਟਰ ਮਾਇੰਡ ਹੈ, ਜਿਹਨੇ ਕਬਜ਼ਾ ਕਰਾਇਆ ਹੈਗਾ ਰਾਤੋ ਰਾਤ, ਇਹ ਕਾਰਵਾਈ ਉਹਦੇ 'ਤੇ ਹੋਣੀ ਚਾਹੀਦੀ ਹੈ, ਮਿਊਂਸਪਲ ਕਮੇਟੀ ਦੇ ਪ੍ਰਧਾਨ 'ਤੇ ਹੋਣੀ ਚਾਹੀਦੀ ਹੈ, ਨਰਿੰਦਰ ਸ਼ਾਸਤਰੀ 'ਤੇ ਹੋਣੀ ਚਾਹੀਦੀ ਹੈ। ਇਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਮੰਗ ਹੈ ਔਰ ਸਾਡੇ ਜਿਹੜੇ ਹੈਗੇ ਪਵਨ ਮੁਖੇਜਾ ਜੀ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ ਔਰ ਸਾਰੀ ਸਾਡੀ ਇਹ ਜਿਹੜੀ ਯੂਨੀਅਨ ਹੈ, ਪ੍ਰਧਾਨ ਜੀ ਵੀ ਸਾਰੇ ਲੱਗੇ ਹੋਏ ਨੇ, ਮਜ਼ਦੂਰ ਯੂਨੀਅਨ, ਟੈਂਪੂ ਯੂਨੀਅਨ, ਸਾਰੇ ਡਟ ਕੇ ਅਸੀਂ ਇਹਦਾ ਵਿਰੋਧ ਕਰਾਂਗੇ। ਉੱਥੇ ਮਜ਼ਦੂਰ ਬੈਠਦੇ ਨੇ ਛਾਂ ਦੇ ਵਿੱਚ, ਗੱਡੀਆਂ ਖੜ੍ਹਦੀਆਂ ਨੇ, ਉਹ ਜਿਹੜਾ ਇਹਨਾਂ ਨੇ ਕਬਜ਼ਾ ਕਰਿਆ ਹੈਗਾ ਬੜਾ ਗਲਤ ਕਰਿਆ ਹੈਗਾ, ਇਹਦਾ ਵਿਰੋਧ ਕਰਦੇ। ਅਸੀਂ ਅਕਾਲੀ ਦਲ ਨੂੰ ਵੀ ਅੱਗੇ ਹਲੇ ਸਾਨੂੰ ਮਾਨਯੋਗ ਐਸਡੀਐਮ ਸਾਹਿਬ ਨੇ ਭਰੋਸਾ ਦਵਾਇਆ ਕਿ ਅਸੀਂ ਅੱਜ ਧਰਨਾ ਨਹੀਂ, ਸਿਰਫ ਅਸੀਂ ਮੰਗ ਪੱਤਰ ਦੇਣ ਆਏ ਹਾਂ। ਅਸੀਂ ਟਾਹਲੀ ਵਾਲੇ ਚੌਂਕ ਤੋਂ ਪੈਦਲ ਚੱਲ ਕੇ ਮੰਗ ਪੱਤਰ ਦੇਣ ਆਏ ਹਾਂ। ਜਦੋਂ ਧਰਨਾ ਪ੍ਰਦਰਸ਼ਨ ਦੇ ਵਿੱਚ ਹੋਏਗਾ ਤਾਂ ਅਸੀਂ ਅਕਾਲੀ ਦਲ ਨੂੰ ਵੀ ਨਾਲ ਸ਼ਮੂਲੀਅਤ ਕਰਾਂਗੇ, ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਰਲ ਕੇ ਡਟ ਕੇ ਵਿਰੋਧ। ਨਹੀਂ ਇਸ ਤਰ੍ਹਾਂ ਹੈਗਾ, ਹਾਲੇ ਈਓ ਸਾਹਿਬ ਨੂੰ ਦੇਖਦੇ ਹਾਂ, ਈਓ ਸਾਹਿਬ ਨੂੰ ਐਪਲੀਕੇਸ਼ਨ ਦੇਵਾਂਗੇ, ਜਿਹੜੀ ਮੰਗ ਪੱਤਰ ਦੇਵਾਂਗੇ। ਅਗਰ ਈਓ ਸਾਹਿਬ ਸਾਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੰਦੇ ਫਿਰ ਉਸ ਤੋਂ ਬਾਅਦ ਅੱਗੇ ਪੁਤਲਾ ਵੀ ਫੂਕਾਂਗੇ, ਫਿਰ ਉਸ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਜਿਹੜੀ ਹੋਈ ਅੱਗੇ DC ਪਟਿਆਲਾ ਨੂੰ ਵੀ ਮਿਲਾ। ਅਤੇ ਕੋਈ ਐਪਲੀਕੇਸ਼ਨ ਦੇ ਗਏ ਨਜਾਇਜ਼ ਕਬਜ਼ਿਆਂ ਬਾਰੇ? ਈਓ ਸਾਹਿਬ ਆਫਿਸ ਚੇਂਜ ਹੋ ਕੇ ਵਿੱਚ ਗਏ ਹੋਏ, ਜਦੋਂ ਆਉਣਗੇ ਉਹਨਾਂ ਦੇ ਅਸੀਂ ਪੁੱਟ ਕਰ ਦਾਂਗੇ। ਨਜਾਇਜ਼ ਕਬਜ਼ਿਆਂ ਬਾਰੇ ਪਟਿਆਲਾ ਰੋਡ ਤੋਂ ਕਿਤੇ ਸਰ ਨਜਾਇਜ਼ ਕਬਜ਼ੇ ਪਟਿਆਲਾ ਰੋਡ 'ਤੇ ਨਹੀਂ ਗਏ ਇਹਨਾਂ ਨੇ, ਕੋਈ ਚੰਡੀਗੜ੍ਹ ਬੱਸ ਸਟੋਪ ਦੇ ਨਾਲ ਕਾਰਵਾਈ ਹੋਏਗੀ ਕਿ ਇਹ ਵੀ ਈਓ ਸਾਹਿਬ ਆਉਣਗੇ ਜੀ ਉਹਨਾਂ ਨੂੰ ਮੈਂ ਪੁੱਟ ਕਰ ਦਾਂਗਾ ਐਪਲੀਕੇਸ਼ਨ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।